ਸਵਾਲ ਲੈ ਇੱਥੇ 10 10 ਮੈਂ ਹਰਿਆਣੇ ਤੁਸੀਂ ਮੈਨੂੰ ਇੰਗਲਿਸ਼ 'ਚ ਸਵਾਲ ਕਰਦੇ ਨੇ ਤੇ ਜੇ ਮੈਂ ਜਿੱਤੇ ਤਾਂ ਮੈਂ ਪੰਜਾਬੀ 'ਚ ਕਰਦੇ ਨੇ ਮੰਜ਼ੂਰ ਏ ਤੇ ਮੰਜ਼ੂਰ ਆਓ ਵੇ ਚੋ ਠੀਕ ਹੈ ਨਾ ਰੋਲਾ ਇਹਦਾ ਕਿਹੜਾ ਰੋਲਾ ਆਪ ਹੀ ਜਿੱਤੇਗੇ ਮੁਸ਼ਕਿਲ ਕੀ ਹੈ ਨਹੀਂ ਨਹੀਂ ਜਿੱਤੇ ਮੰਡੇਸ ਕਰਦੇ ਵਡੇ ਟੋਲ ਵੇ ਜਵਾਨੋ ਆਹੋ ਖੋਮਰ ਚਾਮੋਸ ਖਿੱਚ ਕੇ ਲਈ ਆਓ ਰਾਜਾ ਵੈਲਕਮ ਸੇ ਤੁਮ ਉਸਿਆਲੇ ਦੇ ਗਾਣੇ ਸੁਣੇ ਕਦੀ ਹਾਂ ਮੈਨੂੰ ਅੱਛੀ ਲੱਗਤ ਹੈ ਸਮਝ ਆਉਂਦੀ ਓਦੀ ਹਾਂ ਮੈਨੂੰ ਅੱਛੀ ਲੱਗਤ ਹੈ ਅੱਛਾ ਮੈਨੂੰ ਨਜ਼ਰ ਨਹੀਂ ਆ ਰਿਹਾ ਤੁਹਾਡਾ ਸਕੋਰ ਕਿਉਂਕਿ ਤੁਹਾਡੀ ਬਲੈਕ ਸਕਰੀਨ ਹੈ ਨਾ ਉਧਰ ਤੁਹਾਡਾ ਸਕੋਰ ਮੈਨੂੰ ਨਜ਼ਰ ਨਹੀਂ ਆ ਰਿਹਾ ਤੁਹਾਡੀ ਬਲੈਕ ਸਕਰੀਨ ਹੈ ਨਾ ਜੀ ਮੇਰਾ ਸਕੋਰ ਨਜ਼ਰ ਨਹੀਂ ਆ ਰਿਹਾ ਆਪਕੋ ਸਕਰੀਨ ਬਲੈਕ ਹੈ ਜੀ ਮੈਨੂੰ ਨਜ਼ਰ ਆ ਰਹੀ ਹੂੰ ਤੁਸੀਂ ਆ ਰਹੇ ਹੋ ਆਵਾਜ਼ ਵੀ ਤੁਹਾਡੀ ਠੀਕ-ਠਾਕ ਆ ਰਹੀ ਹੈ ਜੀ ਮੈਨੂੰ ਹੋਰ ਨਜ਼ਰ ਆ ਰਿਹਾ ਹੈ ਅਭੀ ਆ ਰਿਹਾ ਹੈ ਵੇਖੋ ਮੈਨੂੰ ਅੱਖਾਂ ਨਾਲ ਨਜ਼ਰ ਆ ਰਿਹਾ ਵੇਖੋ ਪਤਾ ਕੀ ਹੁੰਦਾ ਕਿਸੇ ਟਾਈਮ ਵੇਖੋ ਕਈ ਥਾਂ ਹੁਣ ਵੀ ਧੁੰਦਲਾ ਹੋਇਆ ਥੋੜਾ ਜਿਹਾ ਠੀਕ ਹੈ ਹੁਣ ਕੰਮ ਠੀਕ ਹੈ ਇਸ ਟਾਈਮ ਨਹੀਂ ਹੁਣ ਨਹੀਂ ਠੀਕ ਆ ਰਿਹਾ ਇਹ ਥੋੜਾ ਜਿਹਾ ਲੈਵਲ ਤੇ ਵੇ ਜੀ ਕੰਮ ਹੁਣ ਕੰਮ ਜੈਸ ਆ ਰਿਹਾ ਹੈ ਬਿਹਤਰੀਨ ਆ ਰਿਹਾ ਜੀ ਸਹੀ ਹੈ ਤੁਹਾਨੂੰ ਨਜ਼ਰ ਆ ਰਿਹਾ ਸਕੋ ਨਹੀ ਮੈਨੂੰ ਵੀ ਨਹੀਂ ਨਜ਼ਰ ਆ ਰਿਹਾ ਚਲੋ ਉਹਨੇ ਮੈਚ ਤੋਂ ਬਾਅਦ ਵੇਖ ਲਈ ਕਿਹੜਾ ਜਿੱਤੇਗਾ ਕਿਹੜਾ ਲੋ ਪ੍ਰੋਫਾਈਲ ਆ ਮੇਰਾ ਤਨ ਵੇਖ ਤੇਰਾ 48 ਲੈਵਲ ਵੇਖ ਇੱਜ਼ਤ ਹੁੰਦੀ ਆਪਣੇ ਹੱਥ ਪਾਈ ਜਾਂ। ਆ 113ਵੀਂ ਐਂਟਰੀ ਏ ਯਕੀਨ ਮੰਨ ਮਾਰਿਆ ਫੁੱਲ ਵੀ ਨਹੀਂ ਪਾਈ ਜਾਂ ਤੂੰ ਸਾ ਤੇ ਯਕੀਨ ਮੰਨ ਅਸੀਂ ਪੂਰਾ ਪਿੰਡ ਤੇ ਪਿੱਛੇ ਲੱਗ ਜੇ ਪਤਾ ਨਹੀਂ ਕਿਹੜਾ ਬੰਦਾ ਆ ਗਿਆ ਠੀਕ ਇਹਦੇ ਤੋਂ ਦੀ ਆਪਣੇ ਹੱਥ ਪਾਈ ਜਾਂ ਇਹ ਸਾਡੇ ਪੂਰੇ ਸਾਲ ਦੇ ਵੈਲਕਮ ਵਾਪਸ ਕਰੋ ਇੱਥੇ ਸਾਡੇ ਨਾਲ ਸਾਥ ਕਰੋ ਪਾਈ ਜਾਂ ਜੋ ਲੈਣਾ ਦੇਣਾ ਜੇ ਇੱਥੇ ਮਕਾਓ ਸਾਡੇ ਨਾਲ ਸਿੱਧੀ ਜਿਹੀ ਸਾਥ ਗੱਲ ਹੈ ਗੇਲ ਸਾਬ ਦੱਸੋ ਗੱਲ ਸੱਚੀ ਹੈ ਕੁੜੀ ਹਾਂਜੀ ਗੱਲ ਸੱਚੀ ਹੈ ਯਾ ਕੁੜੀ ਹੈ ਦੱਸੋ ਮੈਂ ਦੱਸਾਂ ਹਾਂਜੀ ਕਿਹੜੀ ਗੱਲ ਮੈਨੂੰ ਸਮਝ ਨਹੀਂ ਆਈ ਮੈਂ ਕਿਹਾ ਪੂਰੇ ਸਾਲ ਸਾਲ ਦੇ ਸਾਡੇ ਸਾਹਬ ਵਾਪਸ ਕਰ ਗੱਲ ਸੱਚੀ ਹੈ ਯਾ ਕੁੜੀ ਹੈ ਸੱਚੀ ਹੈ ਸੱਚੀ ਹਾਂਜੀ ਲਾਲਾ ਵੈਲਕਮ ਲਾਲਾ ਖੇਡਾਂ ਨਾ ਮੈਂ ਖੇਡਾਂ ਨਹੀਂ ਗੇ ਮੈਂ ਪੁੱਠੀਆਂ ਪਾ ਦੇ ਮੈਂ ਇਧਰੋਂ ਨਾ ਖੋਲਿਆ ਜੀ ਡਬਲ ਮਤੇ ਤੁਹਾਨੂੰ ਕੋਈ ਐ ਵੇਖੋ ਗੱਲ ਪਤਾ ਇੱਕ ਜੈਸੀ ਹੁੰਦੀ ਹੈ ਐ ਫਰੈਸ਼ ਪੀ ਹਏ ਹੁਣ ਲਾਲਾ ਦੇ ਪਤਾ ਨਹੀਂ ਕਿੱਧਰ ਉਂਗਲ ਵੱਧ ਵੱਜਣੀ ਹੈ ਜੀ ਕੁਈ ਪਤਾ ਨਹੀਂ ਮਾਲ ਆ ਲੈ ਤੇਰੀ ਜ਼ਿੰਮੇਦਾਰੀਆਂ ਜ਼ਿੰਦਗੀ ਜਾ ਆਪ ਇੰਗਲਿਸ਼ ਵਿੱਚ ਬਾਤ ਕਰ ਰਹੇ ਨਾ ਪੰਜਾਬੀ ਵਿੱਚ ਕਿਉਂ ਬਾਤ ਕਰ ਰਹੇ ਇਹ ਇੰਗਲਿਸ਼ ਵਿੱਚ ਬਾਤ ਮੈਨੂੰ ਆਉਂਦੀ ਇੰਗਲਿਸ਼ ਕੇ ਪੈ ਕੇ ਨਾ ਪੜਿਆ ਲਿਖਿਆ ਨਹੀਂ ਅਨਪੜਾ ਮੈਂ ਉਹ ਪੜਿਆ ਲਿਖਿਆ ਵਾ ਪੂਰਾ ਪ੍ਰਾਪਰ ਜੀ ਪ੍ਰਾਪਰ ਐ ਤੁਰ ਪਤਾ ਹੈ ਮੈਂ ਕਿ ਮੈਂ ਕਿਹੜੀ ਡਿਗਰੀ ਕੀਤੀ ਕਿਹੜੀ ਡਿਗਰੀ ਮੈਂ ਡਿਗਰੀ ਕੀਤੀ ਹੈ ਜੀ ਤਿੰਨ ਡਿਗਰੀਆਂ ਕੀਤੀ ਨੇ ਮਾਸ਼ੱਅੱਲਾ ਜੀ ਫਸਟ ਫਸਟ ਡਿਗਰੀ ਕੀਤੀ ਹੈ ਮੰਗਟਨੇਸ਼ਨ ਸੌਰੀ ਇਹ ਬਿ ਕੀਤੀ ਹੈ ਬੜੀ ਵੱਡੀ ਯੂਨੀਵਰਸਿਟੀ ਜੀ ਉਥੋਂ ਨਹੀਂ ਨਹੀਂ ਆਪਨੇ ਨਾਮ ਕਿਹਾ ਡਿਗਰੀ ਦਾ ਗ੍ਰੇਡ ਡਿਗਰੀ ਦਾ ਨਾਮ ਹੈ ਜੀ ਗ੍ਰੇਡ ਗ੍ਰੇਡ ਡਿਗਰੀ ਮੰਗਟਨੇਸ਼ਨ ਮੰਤਨੇਸ਼ਨ ਜੀ ਇਹ ਕੋਈ ਬੜੀ ਇਹ ਉਸਤਾਦੀ ਇਹ ਬਹੁਤ ਗਰੀਬ ਮਲਕਾਂ ਚ ਕਰਾਈ ਜਾਂਦੀ ਹੈ ਜੀ ਅੱਛਾ ਕੌਣ ਸੇ ਗਰੀਬ ਮਲਕਾਂ ਮੇ ਇਹ ਉਹ ਸਕੂਲਾਂ ਜਿੱਦੇ ਫੀਸਾਂ ਫੂਸਾਂ ਨਹੀਂ ਤੁਸੀਂ ਪੜ ਸਕਦੇ ਹੈ ਨਾ ਉਹ ਇਹ ਸਕੂਲ ਜੇ ਔਰ ਦੂਸਰੀ ਡਿਗਰੀ ਕੌਨਸੀ ਹੈ ਦੂਸਰੀ ਡਿਗਰੀ ਦੇ ਬਾਰੇ ਨਾ ਪੁੱਛੋ ਦੂਸਰੀ ਡਿਗਰੀ ਤੇ ਬੜੀ ਅੱਛੀ ਡਿਗਰੀ ਹੈ ਜੀ ਕੌਨਸੀ ਹੈ ਗਰਸ ਇਹ ਉਹ ਗ੍ਰਾਸਿਸ ਇਹ ਡਿਗਰੀ ਜਿਹੜੀ ਨਾ ਗ੍ਰੀਸਿਸ ਡਿਗਰੀ ਹੈ ਇਹ ਇੰਗਲਿਸ਼ ਮਲਕਾਂ ਚ ਹੁੰਦੀ ਹੈ ਜੀ अच्छा इंग्लिश के कौन से मुल्क से लिया आपने डिग्री ये मैंने लिया जी कभी आप गई हैं उधर थाईलैंड नहीं मैं कभी थाईलैंड नहीं गई जी थाईलैंड जब आप जाएंगी ना उधर से हमारा स्टे होता है उस स्टे के बाद हम जाते हैं ऑस्ट्रेलिया ऑस्ट्रेलिया एक स्टे होता है उधर से फिर घूम के हम जाते हैं यूखाए यू नो यूखाए जाते ਇਹ ਖਾਈ ਸਮਝ ਆਈ ਕਿ ਨਹੀਂ ਨਹੀਂ ਆਪ ਥਾਈਲੈਂਡ ਸੇ ਕਹਾਂ ਜਾਂਦੇ ਥਾਈਲੈਂਡ ਤੋ ਸਾਡਾ ਸਾਡਾ ਕੋਈ ਪਤਾ ਨਹੀਂ ਅਗੂ ਅਸਾ ਕਿੱਥੇ ਜਾਣਾ ਕਿਉਂਕਿ ਉੱਥੇ ਅਸੀਂ ਮੈਨੂੰ ਵਾਕਈ ਨਹੀਂ ਪਤਾ ਲੱਗ ਰਿਹਾ ਕਿੱਥੇ ਜਾਣਾ ਅਸਾਂ ਜੀ ਆਪਨੇ ਡਿਗਰੀ ਲਈ ਨਾ ਥਾਈਲੈਂਡ ਸੇ ਡਿਗਰੀ ਨੂੰ ਛੱਡੋ ਜੀ ਮੈਨੂੰ ਵਾਕਈ ਨਹੀਂ ਪਤਾ ਲੱਗ ਰਿਹਾ ਇਸ ਟਾਈਮ ਇਹ ਕਿੱਧਰ ਜਾਣਾ ਸਕੂਲ ਵੀ ਨਜ਼ਰ ਨਹੀਂ ਆ ਰਹਾ ਨਾ ਆਪਕੋ ਨਹੀਂ ਉਹ ਨਹੀਂ ਆ ਰਹਾ ਸੀ ਡਿਗਰੀ ਦੇਖੋ ਡਿਗਰੀ ਜਿਹੜੀ ਹੈ ਨਾ ਜੀ ਉਹ ਡਿਗਰੀ ਕਿਸੇ ਟਾਈਮ ਮਾਸਟਰ ਨਹੀਂ ਦਿੰਦੇ ਆਪਕੋ ਤਾਂ دیਏ ਨਾ ਆਪਕੇ ਪਾਸ 3 ਡਿਗਰੀਆਂ ਆ ਮਾਸ਼ਾਅੱਲਾ ਡਿਗਰੀ ਉਹ ਸੁਆਹ ਤਾਂ ਇਹ ਡਿਗਰੀ ਮੈਂ ਮਾਸਟਰ ਨੂੰ ਕਿਹਾ ਮੈਂ ਮਾਸਟਰ ਨੂੰ ਕਿਹਾ ਮੈਂ ਕਿਹਾ ਮਾਸਟਰ ਸਾਹਿਬ ਮੈਂ ਇਸ ਕਾਬਿਲ ਹਾਂ ਵਾ ਤੁਸੀਂ ਮੈਨੂੰ ਡਿਗਰੀ ਦਿਓ ਮਾਸਟਰ ਫਿਰ ਡਿਗਰੀ ਦਿੱਤੀ ਮੈਨੂੰ ਫਿਰ ਮੈਂ ਉਹ ਡਿਗਰੀ ਲੈਣ ਤੋਂ ਬਾਅਦ ਮੈਂ ਪਤੌਜ਼ ਕੀ ਗਿਆ ਠੀਕ ਹੈ ਉਸ ਤੋਂ ਬਾਅਦ ਹਾਂਜੀ ਉਥੋਂ ਉਥੋਂ ਫਲੈਟ ਲਈ ਮੈਂ ਸਿੱਧਾ ਭਾਈ ਜਾਨ ਯੂਗਾਂਡਾ ਤੋਂ ਟ੍ਰਾਂਡੋ ਨਿਕਲ ਗਿਆ ਠੀਕ ਹੈ ਵहां से ਕੌਨਸੀ ਡਿਗਰੀ